ਕੀ ਨਾਂ ਜੀ ਤੁਹਾਡਾ ਜੀ? ਮੈਂ ਅਮਰਤਪਾਲ ਸਿੰਘ ਜੀ, ਵਾਰਡ ਨੰਬਰ 5 ਤੋਂ 5ਵੀਂ ਆ ਤੇ ਢਾਣੀ ਫੂਸ ਮੰਡੀ, ਜੋ ਕਿ ਮੈਂ ਇੱਕ ਛੋਟਾ ਜਿਹਾ ਉਪਰਾਲਾ 2013 ਤੋਂ ਲੈ ਕੇ ਕਰ ਰਿਹਾ, ਜੋ ਕਿ ਜਿਵੇਂ ਕਿ ਲਾ ਲਈਏ ਵੀ ਗਰੀਬਾਂ ਦੇ ਜੋ ਲੜਕੀਆਂ ਦੀ ਸ਼ਾਦੀ ਹੁੰਦੀ ਹੈ ਉੱਥੇ ਮੇਰੇ ਵੱਲੋਂ ਛੋਟਾ ਜਿਹਾ ਮੇਰੇ ਪਰਿਵਾਰ ਵੱਲੋਂ 2100 ਰੁਪਈਆ ਮੈਂ ਹਰ ਇੱਕ ਪਰਿਵਾਰ ਦੇ ਤੱਕ ਪਹੁੰਚਦਾ ਕਰਦਾ, ਅਤੇ ਨਾਲ ਜੇ ਕਿਸੇ ਦੀ ਮਤਲਬ ਮਰਗਤ ਡੈਥ ਹੁੰਦੀ ਆ ਤਾਂ ਮੈਂ ਭੋਗ 'ਤੇ 10 ਕਿਲੋ ਦੁੱਧ ਪਹੁੰਚਾਉਣ ਦੀ ਕੋਸ਼ਿਸ਼ ਕਰਦਾ, ਹਰ ਇੱਕ ਪਰਿਵਾਰ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਨਾਲ ਹੀ ਮੈਂ ਸਿੱਖਿਆ ਦਾਨ, ਕੰਨਿਆ ਦਾਨ, ਇਹ ਮੈਂ ਮੇਰੇ ਵੱਲੋਂ ਇਹ ਜਿਹੜੀ ਪਰਮਾਤਮਾ ਦੇ ਆਸ਼ੀਰਵਾਦ ਨਾਲ ਮੈਂ ਚਲਾਈ ਹੋਈ ਹੈ, ਅਤੇ ਨਾਲ ਮੈਂ ਬੱਚਿਆਂ ਨੂੰ ਸਿੱਖਿਆ ਦਾਨ ਦੇ ਤਹਿਤ ਹਰ ਸਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ 'ਤੇ ਹਰ ਸਾਲ ਤਕਰੀਬਨ 100 ਬੱਚਾ ਹੋ ਜਾਂਦਾ ਹੈ, ਜਿਹਦੇ ਵਿੱਚ ਮੈਂ 2-2 ਕਾਪੀਆਂ, ਪੈੱਨ, ਪੈਨਸ਼ਨਾਂ, ਸਾਰੀ ਹੀ ਸਮੱਗਰੀ ਪੜ੍ਹਾਈ ਦੀ ਆਪਦੇ ਵੱਲੋਂ ਵੰਡਦਾ, ਅਤੇ ਮੇਰੇ ਨਾਲ ਸੁੱਖਾ ਪ੍ਰਧਾਨ ਟਰੱਕ ਯੂਨੀਅਨ ਅਤੇ ਮੇਵਾ ਸਿੰਘ ਨੰਬਰਦਾਰ, ਸੇਵਾ ਸਿੰਘ ਨੰਬਰਦਾਰ, ਇਹ ਪਰਿਵਾਰਾਂ ਦਾ ਵੀ ਮੇਰੇ ਨਾਲ ਬਹੁਤ ਸਹਿਯੋਗ ਹੁੰਦਾ, ਅਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ, ਅਤੇ ਸਾਰਿਆਂ ਹੀ ਖਾਸ ਕਰਕੇ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਮੇਰੇ ਛੋਟੇ ਜਿਹੇ ਨਿਮਾਣੇ ਦੀ ਡਿਬੇਟ ਕੀਤੀ, ਧੰਨਵਾਦ। ਮੈਂ ਸੁਖਵਿੰਦਰ ਸਿੰਘ ਸੁੱਖਾ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਤੂਗੜ੍ਹ, ਜੋ ਕਿ ਮਹਾਰਾਜ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਪਿੰਡ ਮੀਰਪੁਰ ਖੁਰਦ ਢਾਣੀ ਫੂਸ ਮੰਡੀ, ਜੋ ਕਿ ਪਿੰਡ ਦੇ ਸਹਿਯੋਗ, ਨੌਜਵਾਨਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕਾਪੀਆਂ, ਪੈੱਨ ਅਤੇ ਪਿਲਸਣਾਂ ਵੰਡੀਆਂ, ਕਿ ਜੋ ਕਿ ਇੱਕ ਵਿਦਈ ਆ ਜਿਸ ਨੂੰ ਆਪਾਂ ਵੰਡਾ ਨਹੀਂ ਸਕਦੇ, ਜ਼ਮੀਨ ਜਾਇਦਾਦ ਸਾਧਨ ਸਭ ਵੰਡੇ ਜਾਂਦੇ ਨੇ, ਇੱਕ ਵਿੱਦਿਆ ਜੋ ਆਪਣੀ ਆਪਣੇ ਕੋਲ ਰਹਿੰਦੀ ਆ ਉਹ ਆਪਾਂ ਵੰਡ ਨਹੀਂ ਸਕਦੇ, ਇਸ ਲਈ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ, ਅਤੇ ਮੈਂ ਇਹੀ ਇੱਛਾ ਕਰਦਾ ਕਿ ਮੇਰੇ ਪਿੰਡ 'ਚੋਂ ਪੜ੍ਹ ਲਿਖ ਕੇ ਵੱਧ ਤੋਂ ਵੱਧ ਨੌਜਵਾਨ, ਵੱਧ ਤੋਂ ਵੱਧ ਮੇਰੀਆਂ ਭੈਣਾਂ ਜੋਬ 'ਤੇ ਲੱਗਣ, ਜਿਸ ਦੇ ਨਾਲ ਪਿੰਡ ਦਾ ਅਤੇ ਇਲਾਕੇ ਦਾ ਨਾਮ ਉੱਚਾ ਹੁੰਦਾ। ਮੈਂ ਜਗਸੀਰ ਸਿੰਘ, ਜੱਗਾ ਸਰਪੰਚ ਮੀਰਪੁਰ ਖੁਰਦ, ਪ੍ਰਧਾਨ ਯੂਥ ਕਾਂਗਰਸ ਹਲਕਾ ਸਰਦੂਲਗੜ੍ਹ, ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਪੰਜਾਬੀ ਵੀਰਾਂ ਨੂੰ, ਪੂਰੇ ਹਿੰਦੁਸਤਾਨ ਦੀਆਂ ਸੰਗਤਾਂ ਨੂੰ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ, ਅਤੇ ਜੋ ਅੱਜ ਸਾਡੇ ਢਾਣੀ ਫੂਸ ਮੰਡੀ ਵਿਖੇ ਨੌਜਵਾਨਾਂ ਨੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ, ਸਟੇਸ਼ਨਰੀ ਵੰਡੀ ਆ, ਉਹ ਇੱਕ ਬਹੁਤ ਵਧੀਆ ਸਲਾਂਘਾ ਜੋ ਕੰਮ ਕੀਤਾ, ਜਿਹਦੇ ਲਈ ਇਹ ਨੌਜਵਾਨ ਵਧਾਈ ਦੇ ਪਾਤਰ ਆ।